ਪੰਜਾਬੀ ਤਾਂ ਆਪਣੇ ਕੋ ਬਚਪਨ ਦੀ ਗੱਲ ਬਹੁਤ ਸੋਨਾ ਕੋ ਲਾਡੇ ਨਾਲ ਕੋਈ ਬਚਪਨ ਨਾਲ ਸੋਨਾ ਕੋ ਲਾਡੇ ਨਾਲ ਕੋ ਨਾਮ ਲਾਣੇ ਹੋਣੇ ਸਨ ਮਾਪੇ ਮਾੜਾ ਹੀ ਬਲਾ ਵੈਦਾ ਤਾਂ ਵੈਦਾ ਆਖਣੇ ਤਾਂ ਬਚਪਨ ਵਿੱਚ ਹੀ ਆ ਸੰਗਿਆ ਸਾਥਾਂ ਦੀਆਂ ਹੋਣੀਆਂ ਸੁਣ ਖੇਲੀਆਂ ਸਾਂ ਆਸ਼ਾਂ ਸੀ ਮਾੜੀ ਇੱਕ ਭੈਣ ਹੋਣੀ ਸੀ ਹੁਣ ਖਰਾ ਇੱਥੇ ਹੋਣੀ ਤਾਂ ਇਹ ਦੁਈ ਆਖਣਾ ਖਰਾ ਕੈਂਸਰ ਹੈ ਜਾ ਕੇ ਇੱਥੇ ਪੋੜੇ ਸੁਣ ਫਿਰ ਮੇਰੀ ਕੁਰਤੀ ਲੱਗੀ ਹੋਣੀ ਸੀ ਨੀ ਇੱਦਾਂ ਤੁਹਾਨੂੰ ਯਾਦ ਹੈ ਵੀ ਇਹ ਸਾਡੇ ਪਾਰ ਆਸ਼ਾ ਨਾ ਤਾਇਆ ਸੀ ਨਾ ਇਹਨਾਂ ਕੋਠੀ ਨਹੀਂ ਆ ਤਾਂ ਦੇਖਿਆ ਫਿਰ ਆਸ਼ਾ ਮੇਰੇ ਘਰ ਜਾਣੀ ਹੋਣੀ ਸੀ ਕੁੜੀਆਂ ਹੋਣੀਆਂ ਸੰਗਰਾਣੀਆਂ ਖੇਲੀਆਂ ਛੇਲੀਆਂ ਹੋਣੀਆਂ ਸਾਂ ਪੰਨੇ ਤਾਂ ਜਾਣੀਆਂ ਸਾਂ ਕਰਾਣ ਪਾਠ ਪੰਨੀਆਂ ਸਾਂ ਸਤਾਦਾ ਨੇ ਸਾਡੇ ਸਾਲ ਚੰਗੇ ਸਨ ਤੇ ਹੁਣ ਮਾੜੀ ਚੰਗਾ ਸੀ ਫੈਮ ਵੀ ਮੀ ਮਾਰਿਆ ਕਰਦਾ ਸੁਣੀ ਮੈਂ ਦਸਵੀਂ ਹੋਣੀਆਂ ਸਾਂ ਕੁੜੀਆਂ ਛੋੜੀਆਂ ਕੀ ਸਾਂ ਹੋਏ ਤੇ ਚੰਗੀਆਂ ਜਗ੍ਹਾ ਹੋਣੀਆਂ ਸਨ ਸੋਹਣੀਆਂ ਜਗ੍ਹਾ ਹੋਣੀਆਂ ਸਨ ਖੂਹ ਹੋਣੇ ਸਨ ਪਾਣੀ ਨਾਲੇ ਵਗਣੇ ਸਨ ਸਾਰਾ ਜ਼ਾਦ ਮੁਲਕ ਸੀ ਜ਼ਾਦ ਕਸ਼ਮੀਰ ਜ਼ਾਦ ਮੁਲਕ ਸੀ ਚੰਗਾ ਸੀ ਸੋਹਣਾ ਸੀ ਭੈਣਾਂ ਭਰਾ ਸਨ ਖੁਸ਼ ਸਾਂ ਫਿਰ ਮਾੜੀ ਖੇਡੀ ਮਾੜੀ ਮਾੜਾ ਪਤਾ ਨਹੀਂ ਕੋਈ 15-16 ਸਾਹਿਬਾਂ ਨਹੀਂ ਸਾਂ ਜਿਹੜੇ ਸ਼ਾਦੀ ਗਈ ਹੈ ਖਰੇ ਮਾਂ ਪਿਓ ਤਾਂ ਪਤਾ ਹੀ ਪਿਆਰ ਹੀ ਕਰਨੇ ਨਾ ਸੀਗਾ ਭੈਣਾਂ ਭਰਾ ਵੀ ਪਿਆਰ ਹੀ ਕਰਨੇ ਨਾ ਫਿਰ ਅਸਾਂ ਮਾੜੀ ਸ਼ਾਦੀ ਹੋਈ ਤਾਂ ਉਸਨੇ ਸੀ ਬਾਅਦ ਪਾਕਿਸਤਾਨ ਫਿਰ ਮੈਂ ਆਖਿਆ ਵੀ ਕੁੜੀਆਂ ਪੁੱਛਣ ਤਾਂ ਮੈਂ ਇਹ ਤਾਂ ਨਹੀਂ ਪਤਾ ਵੀ ਕਿਹੜੇ ਸਨ ਵਿਚਾਰੇ ਤੋਂ ਫਿਰ ਕੁਣ ਆਇਆ ਮੈਂ ਸਾਂ ਆਜੀ ਹੋਰ ਸਨ ਆਜੀ ਹੋਰ ਨਾ ਬੜਾ ਪੁੱਤਰ ਸੀ ਇਹਨਾਂ ਦੀ ਭੈਣ ਸੀ ਇਕੱਠੇ ਆਏ ਸੋ ਸਾਰੇ ਹਾਂ ਵੀ ਫਾਤਮਾ ਸੀ ਇਹਨਾਂ ਦੀ ਭੈਣ ਇਹਨਾਂ ਨੂੰ ਫਲੇਹਾ ਲਾਗ ਲਾਵ ਫਿਰ ਇਹਨਾਂ ਦੀ ਮਾਂ ਵੀ ਮਾਸੀ ਰੇਸ਼ਮਾ ਫਿਰ ਅਫਜ਼ਲ ਉਹਨਾਂ ਦੀ ਭਰਜਾਈ ਫਿਰ ਇੱਕ ਬਾਸਣ ਗਿਆ ਦੀ ਧੀ ਸੀ ਸੈਦ ਉਹ ਸੁਣਾਉਣੀ ਉਹ ਸੀ ਉਸਨੇ ਵੀ ਇੱਕ ਨਿੱਕੀ ਧੀ ਸੀ ਇੱਕ ਮਾਸੀ ਰੇਸ਼ਮਾ ਨਾ ਸੀ ਪੁੱਤਰ ਇੱਕ ਅਫਜ਼ਲ ਦੀ ਧੀ ਸੀ ਇਹ ਅਸਾਂ ਫਿਰ ਕਰਾਚੀ ਆਇਆ ਉੱਥੋਂ ਜਿਲਮਾਂ ਥੀ ਬੈਠੇ ਹਾਂ ਟਰੈਣਾਂ ਵਿੱਚ ਤਾਂ ਮੂਹਰਾ ਤੁਸੀਂ ਮੈਂ ਪਾਣੀਆਂ ਨਾਲ ਜਿਹੜਾ ਅਸਾਂ ਘਰੋਂ ਟੁਰੇ ਹਾਂ ਨਾ ਅਸਾਂ ਹੀਰੇ ਵਸਣੇ ਹੋਣੇ ਸਾਂ ਲੈ ਆਪਣੇ ਘਰਾਂ ਵਿੱਚ ਵਸਣੇ ਹੋਣੇ ਸਾਂ ਤੇ ਉੱਥੋਂ ਜਿਹੜਾ ਹੁਣ ਸ਼ੁਕਰਾਂ ਨਾਲ ਥੋੜ੍ਹੀ ਤਬੀਅਤ ਖਰਾਬ ਹੋਈ ਗਈ ਹੈ ਤਾਂ ਨਹੀਂ ਇਹ ਜਿਹੜਾ ਖਰਾ ਕਹਿ ਬਹੁਤ ਨਹੀਂ ਸਾਂ ਹਾਂ ਜਿਹੜਾ ਕਰਾਚੀ ਆਇਓ ਨਾ ਕਰਾਚੀ ਨਾ ਘਰੋਂ ਜਿਹੜਾ ਟੁਰਿਆ ਨਾ ਤੇ ਬੰਦੇ ਬਹੁਤ ਸਾਰੇ ਸਨ ਅਸਾਂ ਹੀਰਾਂ ਸੀ ਟੁਰਿਆਂ ਤੇ ਮਾੜੇ ਅੱਬਾ ਤੇ ਪਤਾ ਨਹੀਂ ਹੋਰ ਕੁਣ ਕੁਣ ਸੀ ਤੇ ਨਾਲ ਤੇ ਅਸੀਂ ਆਖਦੇ ਬਹਿਲ ਕਰੋ ਬਹਿਲ ਕਰ ਅਸਾਂ ਸਵੇਲਾ ਲੈ ਗਿਆ ਉੱਥੇ ਇੱਕ ਹੋਣੀ ਸੀ ਮੇਰਾ ਪਤਾ ਹੁਣ ਮੈਂ ਪਤਾ ਜੇ ਪਰ ਬਹੁਤ ਬਹੁਤ ਅਸਾਂ ਫਿਰ ਛੋਟੋ ਜਾਣਾ ਤਾਂ ਆਇਆ ਮੀਰਪੁਰ ਉਹ ਆਉਣੇ ਹੋਣੇ ਸਨ ਇੱਕ ਬੋਲ ਹੋਣੀ ਸੀ ਉੱਥੇ ਖਰੇ ਖੂਹ ਆਉਣਾ ਸੀ ਕਿਆ ਹੋਣੀ ਸੀ ਉੱਥੇ ਅੱਛੀ ਬੈਠੀਆਂ ਤੇ ਇਹ ਸਵਾਲ ਆ ਦੇਣਗੇ ਸਵਾਲ ਗੁੰਜੀ ਤਾਂ ਇਹ ਨਾ ਉਹ ਸਾਰੇ ਬੰਦੇ ਸਵਾਲਾਂ ਨੇ ਸਨ ਨਾ ਅਸਾਂ ਤਾਂ 2-4 ਹੀ ਸਨ ਤੇ ਸਵਾਲਾਂ ਨੇ ਤਾਂ ਉਹਨਾਂ ਪੇਸ਼ੀ ਕਰੀ ਛੋੜੀ ਉੱਥੇ ਮਾੜੀ ਪਿਓਰੀ ਰੋ ਚੜਿਆ ਅਸੀਂ ਬੜੇ ਵਿਦੇ ਨੇ ਭਾਲੇ ਆ ਨਾ ਤਾਂ ਤੂੰ ਇਹਦੇ ਉੱਤੇ ਬੈਠੇ ਬਾਹਰਾਂ ਬਈ ਮੁੜੀ ਚ ਨਾ ਇਹ ਮਾੜੀ ਉਮਰ ਤਾਂ ਬਲਾ ਕੋਲ ਸੀ ਫਿਰ ਮੈਂ ਨਾ ਕਹੀ ਮੁੜੀ ਜਗਾ ਨਹੀਂ ਫਿਰ ਇੱਥੇ ਨਹੀਂ ਚੰਗੀ ਗਾ ਫਿਰ ਉਹ ਜਿਲਾ ਆਏ ਤਾਂ ਉਹਦਾ ਅਸਾਂ ਫਿਰ ਬੈਠੇ ਹਾਂ ਬੱਸਾਂ ਪਰ ਕਦਾ ਸਫ਼ਰ ਹੀ ਨਹੀਂ ਸੀ ਕੀਤਾ ਤੇ ਉਹ ਬੈਠੀਆਂ ਮਾੜੀ ਅੱਬਾ ਪਿੱਛੇ ਬੈਠੇ ਇਹਨਾਂ ਨੂੰ ਬੜਾ ਪੁੱਤਰ ਸੀ ਉਹ ਵੀ ਬਾਬੇ ਕੋਲ ਬੈਠਾ ਤੇ ਬਾਕੀ ਅਸਾਂ ਵੀ ਵਿਚਕਾਰ ਜਿਹਾ ਭਾਲਿਆ ਨੇ ਨਹੀਂ ਉੱਠਿਆ ਮਾੜੀ ਅੱਬੀ ਉਹਨੂੰ ਸੋਚਿਆ ਵੀ ਖਰਾ ਘਬਰਾਈ ਗਈ ਹੈ ਸਾਡੀ ਕਦਾ ਸਫ਼ਰ ਹੀ ਨਹੀਂ ਸੀ ਨਾ ਕੀਤਾ ਬੱਸਾਂ ਜਾਂ ਕਦਾ ਸਫ਼ਰ ਨਹੀਂ ਸੀ ਕੀਤਾ ਤਾਂ ਉਹ ਜਿਹੜਾ ਫਿਰ ਮਾੜੇ ਚਾਚੀ ਉਹ ਨਾਸ਼ ਨਾ ਸੀ ਇੱਥੇ ਸ਼ਿਕਰੀ ਲੇ ਤੋਂ ਵੀ ਤੇ ਆਣੀ ਵੀ ਜੇ ਤੂੰ ਘਬਰਾਈ ਗਈ ਨਹੀਂ ਤਾਂ ਮੈਂ ਤੁਹਾਡੇ ਨਾਲ ਕਰੈਂਚੀ ਤੋਂ ਇਲਾਜ ਲਾ ਕੀ ਜਾਂ ਮਾੜੀ ਸੱਸ ਵੀ ਆਈ ਇੱਕ ਉਹ ਬਾਵਾ ਸਵਾਲਾਂ ਆਇਆ ਬਸ ਇਹਨੇ ਬਤਾਏ ਇੱਕ ਇਹ ਆਈ ਮਾੜੀ ਵੀ ਫਾਤਮਾ ਨਹੀਂ ਸੱਸੋ ਮਾਧਵਾਨੋ ਇਹ ਤਰ੍ਹਾਂ ਚਾਰ ਬੰਦੇ ਕਰੈਂਚੀ ਤੋਂ ਨਹੀਂ ਆਏ ਅੱਬੇ ਉਹਦੇ ਮੈਂ ਆਖਿਆ ਬਈ ਬਾਈ ਆਏ ਸੋ ਬਈ ਇੱਥੋਂ ਮੁੜੀ ਗਈ ਸਾਂ ਦਾ ਫਿਰ ਕਰੈਂਚੀ ਜਲੋ ਤਾਂ ਕੋਈ ਡਰ ਨਹੀਂ ਆਏ ਨਾ ਸਾਰੇ ਵੇ ਕੋਈ ਡਰ ਨਹੀਂ ਮਾੜੀ ਅੱਬਾ ਹੁਣ ਫਿਰ ਉਹਨਾਂ ਨੇ ਗੱਲ ਕੀਤੀ ਤਾਂ ਮੀਂਹ ਤਾਂ ਰੋਣ ਆ ਜਾ ਉਹ ਲੱਥੇ ਉੱਥੇ ਸ਼ਿਕਰੀ ਲੈ ਤਾ ਰਖਮਾਨ ਆਲਾ ਵਈ ਇਹਨਾਂ ਨੂੰ ਪੁੱਤਰ ਜਿਹੜਾ ਬੜਾ ਆਣਾ ਬਾਵਾ ਲੱਥੇ ਨੂੰ ਤਾਂ ਇਹਨਾਂ ਫਿਰ ਬੈਠੇ ਪਤਾ ਹੀ ਕਦਾ ਜੁਦਾ ਨਾ ਹੋਏ ਕਦਾ ਇਹਨਾਂ ਜੁਦਾ ਹੋਏ ਤਾਂ ਫਿਰ ਫਿਰ ਅਸਾਂ ਇਹ ਮਰਕੇ ਜਿਰਮਾਂ ਤੋਂ ਟਰੈਣਾਂ ਬੈਠੇ ਹੁੰਦਾ ਹੈ ਉਹ ਉੱਥੇ ਵੀ ਮੀਂਹ ਉੱਠੀਆਂ ਮਾੜੀ ਤਬੀਅਤ ਖਰਾਬ ਇਹ ਸਾਰੀਆਂ ਖਾਣ ਕਿ ਜਿਰਮ ਜਿਕਾ ਮੈਂ ਆਖਾਂ ਮਾੜੇ ਸਾਹਮਣੇ ਨਾ ਕੋਈ ਖਾਇ ਚਲੀ ਤਬੀਅਤ ਖਰਾਬ ਉਹ ਇੱਕ ਜਨਾਨੀ ਰਖਮਾਨ ਸੀ ਨਾ ਜਿਹੜਾ ਇਹਨਾਂ ਨੂੰ ਬੜਾ ਪੁੱਤਰ ਰਹਿਮਾਨ ਲਾਇਆ ਸੀ ਉਹ ਇਹਨਾਂ ਰੱਖਿਆ ਉੱਥੇ ਪਤਾ ਹੀ ਟਰੈਣਾਂ ਵਿੱਚ ਜਾਣੇ ਵੱਖ ਜਨਾਨੀਆਂ ਵੱਖ ਤੇ
ਉਹ ਅੱਛਾ ਜਾਇਆ ਵਈ ਲੋੜੇ ਕੁੜੀਆਂ ਸਾਨੂੰ ਕੋਈ ਚੀਜ਼ ਦੇ ਦੀ ਜਨਾਨੀ ਤਾਂ ਆਖਾ ਇਹ ਜਣਿਆ ਨਾ ਨਹੀਂ ਤੂੰ ਇਧਰ ਕਰ ਲੋਨਾ ਹੈ ਉਹ ਫਿਰ ਮਖੌਲ ਸੀ ਹੋਰ ਤੂਫਾਨ ਵਈ ਉਹ ਤੂੰ ਇਸਨੇ ਆਲੂ ਨਾ ਤੱਕਿਆ ਇਹ ਗੱਲ ਨਾ ਕਰਿਆ ਉਹ ਗੱਲ ਨਾ ਕਰਿਆ ਉਹਨਾਂ ਨਾਲ ਮੰਦੀ ਲਾਈ ਇਸੇ ਮਾੜੀ ਤਬੀਅਤ ਨਹੀਂ ਖਰਾਬ ਤਾਂ ਮੀਂਹ ਜਿਹੀ ਸੋਹਣੀ ਜਗ੍ਹਾ ਦਿੱਤੀ ਸੀ ਆਖ ਨਹੀਂ ਲੱਗਾ ਤੂੰ ਮੀਂਹ ਜਗ੍ਹਾ ਦਿੱਤੀ ਸੀ ਫਿਰ ਆਇਆ ਕਰੰਚੀ ਆਇਆ ਫਿਰ ਉੱਥੇ ਅਸਾਂ ਕੋਈ ਹਫ਼ਤਾ ਕਰਿਆ ਤੀਆਂ ਇਹ ਜਿਹੜੀ ਅਫਜ਼ਲ ਸੀ ਸਰ ਕੋਈ ਪਾਸ ਨਹੀਂ ਸੀ ਸਹੀ ਤੇ ਫਿਰ ਉੱਥੋਂ ਹਫ਼ਤਾ ਕਰਿਆ ਫਿਰ ਇਹ ਸਾਡਾ ਇੱਕ ਗਰੁੱਪ ਇੱਕ ਵਾਰ ਗਿਆ ਵੀ ਹੈ ਕੋਈ ਰਾਣੀ ਨਾ ਬਾਗ ਹੈ ਤਾਂ ਠੀਕ ਨਹੀਂ ਆਉਂਦੀ ਕੋਈ ਹੁਣ ਤਾਂ ਕਈਆਂ ਗੱਲਾਂ ਨਾਲ ਪਤਾ ਉਹਦਾ ਕੁਛ ਪਤਾ ਨਹੀਂ ਹੈ ਉਹ ਐਵੇਂ ਬੁੱਤ ਜਿਹਾ ਬੋਲਾਂ ਹੈ ਉਹ ਰਾਣੀ ਨੇ ਬਾਗ ਹੈ ਚੱਖਣ ਗਿਆ ਤੇ ਇੱਕ ਵਾਰੀ ਗਏ ਉਹ ਫਿਲਮ ਕੋਈ ਲੱਗੀ ਆ ਹੈ ਤਾਂ ਉਹ ਅੱਧੇ ਇੱਕ ਵਾਰੀ ਉੱਧਰ ਗਿਆ ਹੁੰਦਾ ਫਿਰ ਅਸਾਂ ਉੱਠੀ ਆ ਜਾਂਦਾ ਲੰਡਨ ਆਇਆ ਤਾਂ ਮੀਂਹ ਉੱਥੇ ਵੀ ਉੱਡੀਆਂ ਲੱਗੀ ਗਈਆਂ ਅੱਜੇ ਹੀ ਮਾੜੀ ਤਬੀਅਤ ਬਾਈ ਆਖਾਂ ਬਾਈ ਮੀਂਹ ਜਰਾ ਮਸਲਾ ਫਿਰ ਇੱਥੇ ਆਇਆ ਨਾਠੀ ਗਾਮ ਆਇਆ ਮਾਵਾਂ ਫਿਰੋਜਾ ਮਸੀ ਉਹਨਾਂ ਨੇ ਆਇਆ ਉੱਥੋਂ ਅਸਾਂ ਬ੍ਰੈਡ ਫੋਰ ਨਹੀਂ ਸਾਡੀ ਜਗ੍ਹਾ ਦਾ ਨਾਂ ਸੀ ਸਟੈਨਲੀ ਪੁੜਸੀ ਨੇ ਕੋਲ ਸੀ ਇਹ ਸਮਝੋ ਇੰਨਾ ਰਾਜੇ ਟੋਣ ਸਟੈਨਲੀ ਨਾਂ ਸੀ ਤਾਂ ਨਾਲ ਟੋਣ ਪੁੜਸੀ ਸੀ ਆਮ ਟੋਣ ਪੁੜਸੀ ਗਏ ਗਾਣਾ ਫਿਰ ਅਸਾਂ ਨਾਲ ਪਦੇ ਹੋਣੀ ਸੀ ਦੁਕਾਨ ਉੱਥੋਂ ਆਣੋ ਅਫ ਕਰੂਣ ਹੈ ਨਹੀਂ ਮਾਫਿਆ ਸੋ ਜੀ ਜਿਹੜਾ ਹੋਣਾ ਨੇ ਨਾ 50 ਵੀ ਲੈ ਅਫ ਕਰੂਣ ਹੋਣਾ ਸੀ ਇੱਕ ਤਰੈਪੀ ਨਹੀਂ ਹੋਣੀ ਸੀ ਸਿਲਵਰ ਦੀ ਗੋਲਡ ਦੀ ਤੇ ਉਹ ਪੁੜਸੀ ਜਗ੍ਹਾ ਕਰਾਂ ਉੱਧਰ ਬੱਚਿਆਂ ਦੀ ਕਲੀਨਿਕ ਵੀ ਹੋਣੀ ਸੀ ਇੱਕ ਵੂਲ ਵਰਤ ਹੋਣੀ ਸੀ ਸਭ ਬੈਗ ਜੀ ਐਡੇ ਪਾਣੇ ਐਡੇ ਮਹਿੰਗੇ ਆਣੀ ਨਾ ਸੀ ਤਾਂ ਉੱਚਾ ਹੋਣੀ ਚੀਣੀ ਨੇ ਸੁਣਦਾ ਕਹਿ ਕਰਾਂ ਫਿਰ ਉਹ ਚੀਣੀ ਨਾ ਪਲੇਨ ਵੀ ਅੱਜ ਚੇ ਰੱਖੀਆਂ ਉਹਨਾਂ ਜੁ ਮਾਰੀਆਂ ਨਹੀਂ ਕਦਮੇ ਉਹ ਚੀਆਂ ਸਾਂ ਲਈਆਂ ਹੀ ਕੋਈ ਨਹੀਂ ਤੇ ਫਿਰ ਮਾੜੇ ਬੱਚੇ ਕਰੀਬ ਹੋਣ ਕਿਤਰੇ ਹੋਏ ਉੱਥੇ ਆਏ ਹੋਏ ਸੁਗਰਾ ਚਾਦਰਾ ਇੱਥੇ ਹੀ ਬਾਕੀ ਉੱਥੇ ਨਹੀਂ ਫਿਰ ਦਾਸ਼ਨ ਇਹ ਇੱਕ ਰਖਮਤ ਚਵਾਲੀ ਹੋਣੀ ਸੀ ਜਾਇ ਕੋ ਮਾਫ ਰੋਜ ਹੋਣਾ ਸੀ ਸਵਾਲਾ ਲਿਆ ਮਨਾ ਸੁਨੀ ਵੀ ਜੈਨੋਆ ਬਾਸੀ ਜੈਨੋਆ ਉਹਨਾਂ ਨੇ ਕੋਈ ਅੱਧਾ ਘੰਟਾ ਲੱਗੀ ਜਾਣਾ ਸੀ ਟੁਰਨੀਆਂ ਜਾਓ ਤਾਂ ਫਿਰ ਇਹ ਰਖਮਤ ਸਾਡੇ ਕੋਲ ਸੀ ਤੇ ਕਿਤਨਾ ਚਿਰ ਹੈ ਸਬਰੈਂਡ ਫੋਰ ਫਿਰ ਉੱਥੇ ਅਸਾਂ ਗਏ ਹਾਂ ਇੱਕ ਵਾਰੀ ਨੇ ਪਾਕਿਸਤਾਨ ਉੱਥੋਂ ਸਾਡੇ ਚੇ ਸਾਡੇ ਗਈ ਹਾਂ ਫਿਰ ਮੁੜੀ ਹਾਂ ਫਿਰ ਹੁਣ ਯਾਦ ਨਹੀਂ ਰਹੀ ਕਿਤਨੇ ਪਲ ਚਿਰ ਰਹੇ ਬੰਦ ਰਿਹਾ ਨਾ ਬਈ ਇੱਕ ਬੱਚਾ ਵੀ ਦੂਆ ਵੀ ਜਿਹੜਾ ਮੈਂ ਘਰ ਗਈਆਂ ਨਾ ਸਾਡੇ ਚੋ ਸਾਡੇ ਤੇ ਜਿਹੜਾ ਮਰਾ ਇੱਕ ਜਾਇਦ ਸੀ ਉਹ 7 ਸਾਲਾਂ ਨਾਲ ਆਇਆ ਸੀ ਬੁੱਢੋ ਹੀ ਉਸ ਇਸਨੇ ਦੀ ਕੋਈ ਸਾਲ ਦੋ ਸਾਲ ਦੇ ਨਿੱਕੀ ਫਿਰ ਇੱਕ ਨਿੱਕਾ ਸੀ ਉਹ 3 ਮਹੀਨਿਆਂ ਨਾਲ ਮੈਂ ਕੜਿਆ ਫਿਰ ਕਿਹਾ ਮੈਂ ਜਿਹੜਾ ਇਹ ਇੱਧਰ ਆਈਆਂ ਨਾ ਤੇ ਮਾੜੇ ਅੱਬਾ ਪਿੱਛੋਂ ਕੋਈ ਫੋਤ ਹੋਈ ਗਏ ਸਨ ਸਾਲਾਂ ਦੋ ਸਾਲੇ ਉਹਦਾ ਮਾੜਾ ਜਾਇਦ ਕੋਈ 6 ਮਹੀਨਿਆਂ ਨਾਲ ਸੀ ਤੇ ਇੱਕ ਵਾਰੀ ਮੈਂ ਚਿੱਠੀ ਫਿਰ ਬੜੀ 6 ਸ਼ੇਰਾਂ ਫਿਰ ਦਰਦਨਾਕ ਜਿਹੀ ਮਾੜਾ ਫੁੱਫੀ ਨਾ ਪੁੱਤਰ ਸੀ ਉਸ ਲਈ ਦਿੱਤੀ ਮਾੜੇ ਅੱਬਾ ਜਿੱਧਰ ਜਾਣ ਉੱਧਰ ਪੜਾਉਣ ਤਾਂ ਮੈਂ ਇੱਧਰ ਆਈਏ ਤਾਂ ਪਿੱਛੇ ਮੰਨਦੇ ਹੈਗੇ ਸੀ ਫਿਰ ਜਿੱਥੇ ਬਾਹਰ ਨਾ ਖਿਰੇ ਸਨ ਨਾ ਉੱਥੇ ਹੀ ਜਾਈ ਕੇ ਮੰਨਦੇ ਹੋਏ ਤਾਂ ਉੱਥੋਂ ਚਾਹੀ ਕੇ ਖੜੇ ਨੇ ਉੱਥੇ ਕੋਲ ਸਾੜੇ ਗਏ ਜਿਸ ਨੇ ਇੱਧਰ ਹੁੰਦਾ ਉਹਨਾਂ ਨੇ ਘਰ ਦੇ ਫੁੱਤ ਗਏ ਫਿਰ ਉੱਥੋਂ ਬੰਦਾ ਭੇਜਿਆ ਨੇ ਮਾੜਾ ਲਾ ਲਾ ਘਰ ਵੀ ਰਹਿ ਸੀ ਫਿਰ ਆਣੇ ਨੂੰ ਬਈ ਉਸੀ ਜੋਲੇ ਆ ਜਿਨ੍ਹਾਂ ਦੇ ਰੱਖ ਦਿਲ ਬਲ ਹੈ ਜਿਸ ਨਾਲ ਵੀ ਨਹੀਂ ਫਿਰ ਮਾੜੀ ਨਿੱਕੀ ਬਰਾਈ ਖੜਿਆ ਨੇ ਖੜੀ ਹੈ ਨੀ ਕੋਈ ਟਰੱਕ ਬਾਈ ਜਿਸ ਨੇ ਗੱਡੀ ਮੰਜੀ ਠੀਕ ਹੈ ਵੇ ਫਿਰ ਉੱਥੋਂ ਆਉਂਦੇ ਨੇ ਲੈ ਫਿਰ ਮੈਂ ਕੋਈ 6.5 ਸਾਲੇ ਗਈਆਂ ਫਿਰ ਮੈਂ ਨਾ ਮੁੜੀ 3 ਹਜ਼ਾਰ ਨਾ ਮੁੜੀ ਬਈ ਮਾੜਾ ਅੱਬਾ ਪਿੱਛੇ ਪੋਤੇ ਗਏ ਸਨ ਅਜਾ ਮਾੜੇ ਬੱਚੇ ਨਿੱਕੇ ਨਿੱਕੇ ਸਨ ਪਰੇਸ਼ਾਨੀ ਸੀ ਨਾ ਟੋਲਟਾਂ ਸਨ ਨਾ ਕਿ ਜਿਸੀ ਪਰੇਸ਼ਾਨੀ ਸੀ ਫਿਰ ਮੈਂ 3 ਸਾਲ ਗਈਆਂ ਮਾੜੀ ਜ਼ੋਰਾ ਉੱਥੇ ਨਹੀਂ ਫਿਰ ਦਾਸ਼ ਹੈ ਫਿਰ ਅੱਜ ਹੋਰ ਗਏ ਤਾਂ ਫਿਰ 3 ਸਾਲੇ ਆ ਸਾਂ ਇਹ ਔਖੀ ਗੱਲ ਹੀ ਸੀ ਸੌਖੀ ਕੋਈ ਨਹੀਂ ਸੀ ਇੱਥੇ ਵੀ ਚਲੋ ਮੁਸ਼ਕਲ ਸੀ ਜਿਹੜਾ ਇਹ ਮਾੜੇ ਬੱਚੇ ਜੇ ਪਤਾ ਹੀ ਡਾਕਟਰ ਨੇ ਉਲੈ ਫਿਰ ਕੋਲ ਸੀ ਇੱਕ ਇਹਨਾਂ ਨਾਲ ਭਰਾ ਲਾ ਮਾਲਕ ਨਾਲ ਹੋਣਾ ਸੀ ਇੱਕ ਇਹਨਾਂ ਨਾਲ ਬੜਾ ਪੁੱਤਰ ਇੱਕ ਮਾੜਾ ਭਰਾ ਹੋਣਾ ਸੀ ਤੇ ਵੀ ਇਤਨੇ ਬੰਦੇ ਤੁਸੀਂ ਇੱਕ ਘਰਾਂ ਵਿੱਚ ਰਹਿਣੇ ਸੋ ਇਤਨੇ ਕਿਤਨੇ ਸਨ 3-4 ਹੀ ਸਨ ਨਵੀਂ ਮਾਂ ਮਤਲਬ ਇੱਕ ਘਰਾਂ ਵਿੱਚ ਹੀ ਰਹਿਣੇ ਹੁਣ ਕਦੋਂ ਹੁਣ 3-4 ਨਹੀਂ ਰਹਿਣੇ ਹੁਣ ਕਦੋਂ ਰਹਿਣੇ ਨਾ ਫੈਮਿਲੀਆਂ ਤਾਂ ਘਰਾਂ ਨਹੀਂ ਰਹਿਣੀਆਂ ਇਹਨਾਂ ਦਾ ਹਾਂ ਉਹ ਇੱਕ ਭਰਾ ਸੀ ਇਹਨਾਂ ਨਾਲ ਕੱਲਾ ਤੇ ਇੱਕ ਮਾੜਾ ਭਰਾ ਤਾਂ ਇੱਕ ਇਹਨਾਂ ਨਾਲ ਪੁੱਤਰ ਤਾਂ ਬੱਚੇ ਸਾਡੇ ਲੈ ਹੀ ਕੋਈ ਮੈਂ ਆਇਆ ਜੇ ਰਾਤਰੀ ਗਿਆ ਮਾੜਾ ਬੱਚਾ ਸੀ 3 ਮਹੀਨਿਆਂ ਦੇ ਮੈਂ ਕੜਿਆ ਸੀ ਉਹ ਫਿਰ ਅਸਾਂ ਇਹ ਹੈ ਬਈ ਪੁੱਤਰ ਹੁਣ ਅੱਜ ਹੀ ਹੋਰ ਕੰਮ ਕਰਨ ਜਾਂ ਮਾੜੇ ਨਾਲ ਜਾਣ ਕਈ ਵਾਰੀ ਸਵਾਲੀ ਕਿ ਹਸਪਤਾਲ ਜਾਣ ਲਈ ਹਸਪਤਾਲ ਲੋੜ ਸੀ ਕੋਈ 15-20 ਮਿੰਟ ਬੱਸਾਂ ਲੱਗਣੇ ਸਨ ਤਾਂ 15-20 ਮਿੰਟ ਲੱਗਣੇ ਸਨ ਅੱਗੋਂ ਤੁਰਨੇ ਆ ਫਿਰ ਅੱਗੋਂ ਇਹ ਡਰ ਹੋਇਆ ਖਰੇ ਆਏ ਹੁਣ ਗੱਲ ਕੋਈ ਨਹੀਂ ਇਸ ਨਹੀਂ ਖਰੇ ਕਹਿ ਕੋਈ ਸਨ ਫਿਰ ਵਕਤ ਗੁਜ਼ਰੀ ਗਿਆ ਬੰਦੇ ਚੰਗੇ ਹੋਣੇ ਸਨ ਲੈ ਵਕਤ ਗੁਜ਼ਰੀ ਗਿਆ ਤਾਂ ਵੀ ਇਸ ਲਈ ਬਾਤ ਆ ਜਾਣ ਸੋ ਇੰਗਲਿਸ਼ ਨਾ ਤੇ ਗੋਰੀਆਂ ਛੋੜੇ ਕਿਸ ਤਰ੍ਹਾਂ ਵੀ ਗੱਲਾਂ ਚੱਲਾਂ ਕਿਸ ਤਰ੍ਹਾਂ ਸਮਝਾਣੇ ਸੋ ਆਪਣੇ ਕੋਈ ਨਹੀਂ ਕੋਈ ਐਡੀ ਕੋਈ ਨਹੀਂ ਸੀ ਤੂੰ ਪਤਾ ਲੱਗੀ ਜਾਣਾ ਸੀ ਜਾਚੀ ਜਾ ਕੇ ਆਏ ਸੌ ਚਾਹੀਦੇ ਸਨ ਕੋਈ ਖਾਸ ਐਡਾ ਨਹੀਂ ਫਿਰ ਇੱਕ ਗੋਰੀ ਹੋਣੀ ਸੀ
ਰਹਿਮਾਨ ਰਿਆ ਮਾਨਾ ਉਹ ਆਣਾ ਸੀ ਦੀ ਵੀ ਤੁਸੀਂ ਆਖੀ ਨਾ ਵੀ ਸਾਰੀ ਗੱਲਾਂ